ਜੀ ਆਇਆਂ ਨੂੰ, ਮੇਰਾ ਨਾਮ ਮੰਨਤ ਆ। ਮੇਰਾ ਨਾਮ ਅਮਰੋਜ਼ਾ। ਤਾਂ ਅੱਜ ਸਾਡੇ 12 ਹਫ਼ਤਿਆਂ 'ਚੋਂ ਦੂਜੇ ਹਫ਼ਤੇ ਦੀ ਕਲਾਸ ਆ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਕੈਂਸਰ ਆ। ਚਲੋ ਸ਼ੁਰੂ ਕਰਦੇ ਹਾਂ। ਓਕੇ ਚਲੋ ਸ਼ੁਰੂ ਕਰਦੇ ਹਾਂ। ਇੱਕ ਪਾਸੇ ਤੋੜਨ ਲੱਪੋ, ਅਸੀਂ ਹੌਲੀ ਹੌਲੀ ਆਪਣੀ ਦਿਲ ਦੀ ਧੜਕਣ ਤੇਜ਼ ਕਰਦੇ ਹਾਂ। ਅਤੇ ਤੁਹਾਡੇ ਰੂਮ 'ਚ ਜ਼ਿਆਦਾ ਜਗ੍ਹਾ ਆ, ਤੁਸੀਂ ਇੱਧਰ ਉੱਧਰ ਵੀ ਤੁਰ ਸਕਦੇ ਹਾਂ। ਠੀਕ ਹੈ, ਹੁਣ ਕਰਦੇ ਹਾਂ ਆਪਣੀ ਹਾਈ ਨੀਸ। ਮੈਂ ਨਾਲ ਨਾਲ ਬਾਹਾਂ ਦੀ ਵੀ ਐਕਸਰਸਾਈਜ਼ ਕਰਦੀ ਹਾਂ। ਫਿਰ ਤੁਸੀਂ ਇਮਰੋਜ਼ ਵਾਂਗੂ ਚੇਅਰ ਨੂੰ ਵੀ ਫੜ ਸਕਦੇ ਹਾਂ ਜੇ ਲੋੜ ਆ। ਠੀਕ ਹੈ, ਹੁਣ ਅਸੀਂ ਆਪਣੇ ਬੰਮ ਕੈਕਸ ਕਰਦੇ ਹਾਂ। ਪੈਰਾਂ ਦੀ ਅੱਡੀ ਬੰਮ ਵੱਲ ਲੈ ਕੇ ਜਾਓ। ਇੱਥੇ ਵੀ ਮੈਂ ਨਾਲ ਬਾਹਾਂ ਦੀ ਐਕਸਰਸਾਈਜ਼ ਕਰਦੀ ਪਈ ਹਾਂ। ਜੇ ਤੁਹਾਨੂੰ ਅੱਜ ਬਾਹਾਂ ਦੀ ਐਕਸਰਸਾਈਜ਼ ਨਾਲ ਕਰਨੀ ਠੀਕ ਨਹੀਂ ਲੱਗਦਾ, ਤੁਸੀਂ ਨਾ ਕਰੋ। ਜਿੰਨੀ ਤੇਜ਼ ਤੇਜ਼ ਤੁਹਾਨੂੰ ਠੀਕ ਲੱਗਦਾ ਉਨੀ ਤੇਜ਼ ਤੁਸੀਂ ਕਰੋ। ਹੁਣ ਅਸੀਂ ਕਰਦੇ ਹਾਂ ਆਪਣੇ ਲੋ ਜੈਕਸ। ਦੈਨ ਹੋਰ ਸੈਕਿੰਡ। ਠੀਕ ਹੈ, ਹੁਣ ਅਸੀਂ ਕਰਦੇ ਹਾਂ ਜਿਹੜੇ ਪਿਛਲੇ ਹਫ਼ਤੇ ਕੀਤੇ ਸੀ ਆਪਣੇ ਗਲੂਟ ਕਿੱਕ ਪੈਕ। ਸੋ ਪੈਰ ਨੂੰ ਸਿੱਧੇ ਪਿੱਛੇ ਨੂੰ ਲੈ ਜਾਓ, 10 ਵਾਰੀ ਕਰਨਾ। ਠੀਕ ਹੈ, ਹੁਣ ਦੂਜੀ ਲੱਤ। ਹੁਣ ਅਸੀਂ ਆਪਣੇ ਲੈਟਰਲ ਲੈਗ ਲਿਫਟ ਕਰਨੀ ਆ। ਲੱਤ ਨੂੰ ਸਿੱਧੀ ਸਾਈਡ ਨੂੰ ਲੈ ਜਾਓ। ਠੀਕ ਹੈ, ਹੁਣ ਦੂਜੀ ਲੱਤ। ਹੁਣ ਦੁਬਾਰਾ ਤੁਰਨ ਲੱਗ ਪਓ ਜਦੋਂ 10 ਟਾਈਮਸ ਹੋ ਗਿਆ। ਤਾਂ ਅਸੀਂ ਹੁਣ ਬਾਹਾਂ ਦੀ ਐਕਸਰਸਾਈਜ਼ ਕਰਦੇ ਹਾਂ। ਬਾਹਾਂ ਨੂੰ ਅੱਗੇ ਨੂੰ ਲੈ ਜਾਓ 3 ਵਾਰੀ। ਫਿਰ 3 ਵਾਰੀ ਬਿਗ ਸਰਕਲਸ ਕਰੋ, 3 ਵਾਰੀ ਬਿਗ ਸਰਕਲਸ ਪਿੱਛੇ ਨੂੰ, ਫਿਰ ਛੋਟੇ ਸਰਕਲਸ ਪਿੱਛੇ ਨੂੰ।
ਲਾਸਟ ਐਕਸਰਸਾਈਜ਼, ਹੁਣ ਇਹਦਾ ਨਾਂ ਆ ਹੈਮਸਟ੍ਰਿੰਗ ਸੂਪਸ। ਆਪਣੀ ਅੱਡੀ ਨੂੰ ਫਲੋਰ 'ਤੇ ਰੱਖ ਲਓ, ਤਾਂ ਪੈਰਾਂ ਦੇ ਗੁੱਠੇ ਉੱਤੇ ਨੂੰ, ਤਾਂ ਫਿਰ ਮਾੜਾ ਜਿਹਾ ਅੱਗੇ ਨੂੰ ਚਲੇ ਜਾਓ, ਪੈਰ ਲੱਤ ਦੇ ਪਿੱਛੇ ਖਿੱਚ ਪੈਣੀ ਚਾਹੀਦੀ ਆ, ਤਾਂ ਇੱਦਾਂ ਫਿਰ ਸਿੱਧੇ ਹੋ ਜਾਓ। ਤੁਸੀਂ ਜੇ ਮੇਰੇ ਨਾਲ ਆ, ਤੁਸੀਂ ਜੋਗਿੰਗ ਵੀ ਵਿੱਚ ਕਰ ਸਕਦੇ ਆ, ਪਰ ਜ਼ਰੂਰੀ ਨਹੀਂ ਹੈਗਾ। ਪੰਜ ਹੋਰ ਸੈਕਿੰਡ, ਬਸ। ਤਾਂ ਇਹ ਸੀ ਸਾਡੀ ਵਾਰਮ ਅਪ, ਅਸੀਂ ਹੁਣ ਆਪਣਾ ਵਰਕਆਊਟ ਸ਼ੁਰੂ ਕਰਦੇ ਹਾਂ। ਠੀਕ ਹੈ, ਸੋ ਅਸੀਂ ਪਹਿਲਾ ਰਾਊਂਡ 2 ਵਾਰੀ ਕਰਾਂਗੇ। ਇਹ 'ਚ 3 ਐਕਸਰਸਾਈਜ਼ ਹੋਣਗੀਆਂ। ਪਹਿਲੀ 2 ਐਕਸਰਸਾਈਜ਼ ਅਸੀਂ 45 ਸੈਕਿੰਡਸ ਲਈ ਕਰਾਂਗੇ, ਤਾਂ ਤੀਜੀ ਐਕਸਰਸਾਈਜ਼ ਜਿਹੜੀ ਕਾਰਡੀਓ ਹੋਗੀ ਅਸੀਂ 1 ਮਿੰਟ ਲਈ ਕਰਾਂਗੇ। ਓਕੇ, ਸੋ ਪਹਿਲੀ ਐਕਸਰਸਾਈਜ਼ ਆ ਬਾਲ ਵਾਲ ਸੈਟ ਔਰ ਵਾਲ ਸਕੁਆਟ, ਜਾਂ ਸਿਟ ਟੂ ਸਟੈਂਡ ਜਿਹੜਾ ਅਸੀਂ ਪਿਛਲੇ ਹਫ਼ਤੇ ਕੀਤਾ ਸੀ। ਸੋ ਜੇ ਤੁਸੀਂ ਥੋੜ੍ਹੀ ਜ਼ਿਆਦਾ ਔਖੀ ਐਕਸਰਸਾਈਜ਼ ਕਰਨਾ ਚਾਹੁੰਦੇ ਹਾਂ, ਤੁਸੀਂ ਬਾਲ ਚੱਕ ਲਓ ਜੇ ਹੈਗੀ ਆ ਤੁਹਾਡੇ ਕੋਲ, ਤਾਂ ਬਾਲ ਨੂੰ ਕੰਧ ਨਾਲ ਲਾ ਲਓ, ਤਾਂ ਤੁਸੀਂ ਆਪਣੇ ਪੈਠ ਜਿਹੜੇ ਥੱਲੇ ਹੋਇਆ ਪੈਠ, ਤਾਂ ਕੰਧ ਦੇ ਵਿੱਚ ਬਾਲ ਰੱਖ ਲਓ, ਤਾਂ ਤੁਸੀਂ ਆਪਣੇ ਹਿਪਸ ਨੂੰ ਪਿੱਛੇ ਨੂੰ ਪ੍ਰੈਸ ਕਰੋ, ਤਾਂ ਹਿਪਸ ਨੂੰ ਥੱਲੇ ਨੂੰ ਲੈ ਆਓ ਇੱਦਾਂ। ਠੀਕ ਹੈ, ਇਹ ਦੇਖੋ ਵੀ ਗੋਡੇ ਪੈਰਾਂ ਦੇ ਗੁੱਠੇ ਤੋਂ ਪਿੱਛੇ ਰਹਿਣੇ ਚਾਹੀਦੇ ਆ, ਤਾਂ ਇੱਦਾਂ ਅਸੀਂ ਕਰੀ ਜਾਣਾ। ਤੇ ਜੇ ਤੁਸੀਂ ਮੇਰੇ ਨਾਲ ਸੌਖੀ ਐਕਸਰਸਾਈਜ਼ ਕਰਨੀ ਆ, ਬਸ ਕੁਰਸੀ ਤੇ ਉੱਠਣਾ ਤੇ ਬਹਿਣਾ, ਜਿਵੇਂ ਅਸੀਂ ਪਿਛਲੇ ਹਫ਼ਤੇ ਕੀਤਾ ਸੀ। ਜੇ ਆ ਵੀ ਤੁਹਾਨੂੰ ਔਖਾ ਲੱਗਦਾ, ਜਿਹੜਾ ਮੈਂ ਪਿਛਲੇ ਹਫ਼ਤੇ ਕੀਤਾ ਸੀ ਬਹਿ ਕੇ ਸੀਟਡ ਲੈਗ ਐਕਸਟੈਂਸ਼ਨ, ਤੁਸੀਂ ਉਹ ਵੀ ਕਰ ਸਕਦੇ ਹੋ। ਤਾਂ ਜੇ ਤੁਹਾਡੇ ਘਰ ਬਾਲ ਨਹੀਂ ਹੈਗੀ, ਫਿਰ ਵੀ ਤੁਸੀਂ ਇਹ ਵਾਲੀ ਐਕਸਰਸਾਈਜ਼ ਕਰ ਸਕਦੇ ਹਾਂ ਜਿਹੜੀ ਐਮਰੋਜ਼ ਦਿਖਾਉਂਦੀ ਪਈ ਆ। ਠੀਕ ਹੈ, ਓਕੇ, ਸੋ ਇਹ ਅਸੀਂ 45 ਸੈਕਿੰਡਸ ਲਈ ਕਰਾਂਗੇ। ਦੂਜੀ ਐਕਸਰਸਾਈਜ਼ ਆ ਪੁਸ਼ਅਪਸ, ਜਿਹੜੇ ਅਸੀਂ ਪਿਛਲੇ ਹਫ਼ਤੇ ਕੀਤੇ ਸੀ। ਸੋ ਜੇ ਤੁਸੀਂ ਮੇਰੇ ਨਾਲ ਆ, ਤੁਸੀਂ ਕੰਧ ਕੋ ਆ ਕੇ 2 ਫੁੱਟ ਪਿੱਛੇ ਆ ਜਾਓ, 2 ਤੋਂ 3 ਫੁੱਟ। ਹੱਥ ਛਾਤੀ ਦੀ ਹਾਈਟ 'ਤੇ ਹੋਣੇ ਚਾਹੀਦੇ ਆ, ਛਾਤੀ ਤੋਂ ਥੋੜ੍ਹੇ ਬਾਹਰ ਲੈ ਆਓ ਔਰ ਮੋਢਿਆਂ ਤੋਂ ਥੋੜ੍ਹੇ ਬਾਹਰ ਲੈ ਆਓ ਹੱਥ, ਤਾਂ ਫਿਰ ਹੌਲੀ ਦੇਣਾ ਕੂਨੀ ਬੈਂਡ ਕਰਨ ਲੱਗ ਪਓ, ਤਾਂ ਛਾਤੀ ਨੂੰ ਕੰਧ ਵੱਲ ਲੈ ਆਓ ਜਿੰਨੀ ਤੁਸੀਂ ਕੋਲ ਲਿਆ ਸਕਦੇ ਆ। ਜੇ ਤੁਹਾਡੇ ਕੋਲ ਇੰਨਾ ਕੀ ਜਾ ਹੁੰਦਾ ਕੋਈ ਪ੍ਰੋਬਲਮ ਨਹੀਂ, ਜੇ ਜ਼ਿਆਦਾ ਜਾ ਹੁੰਦਾ ਜ਼ਿਆਦਾ ਜਾਇਓ, ਤਾਂ ਇੱਦਾਂ ਹੀ ਕਰਨਾ। ਜੇ ਤੁਸੀਂ ਮੇਰੇ ਨਾਲ ਕਰਨਾ, ਹੱਥਾਂ ਦੇ ਬਾਹਾਂ ਦੇ ਨਾਲ ਉਹੀ ਕਰੀ ਜਾਣਾ, ਪਰ ਕੁਰਸੀ ਤੇ ਬਹਿ ਕੇ ਬੈਂਡ ਦੇ ਨਾਲ। ਤੇ ਜੇ ਬੈਂਡ ਵੀ ਔਖਾ ਲੱਗਦਾ, ਤੁਸੀਂ ਬੈਂਡ ਤੋਂ ਬਿਨਾਂ ਵੀ ਆ ਹੀ ਕਰ ਸਕਦੇ ਹੋ। ਠੀਕ ਹੈ, ਹੁਣ ਸਾਡੀ ਤੀਜੀ ਐਕਸਰਸਾਈਜ਼ ਹੋ ਗਈ ਕਾਰਡੀਓ। ਜੇ ਤੁਸੀਂ ਮੇਰੇ ਨਾਲ ਆ, ਤਾਂ ਤੁਸੀਂ ਜੰਪਿੰਗ ਜੈਕਸ ਕਰੋਗੇ। ਜੇ ਤੁਸੀਂ ਮੇਰੇ ਨਾਲ ਆ, ਤੁਸੀਂ ਉਹ ਲੋ ਜੈਕਸ ਕਰੋਗੇ ਜਿਹੜੇ ਅਸੀਂ ਵਾਰਮ ਅਪ ਦੇ ਵਿੱਚ ਕੀਤੇ ਸੀ। ਜੇ ਬਾਹਾਂ ਨਹੀਂ ਹਿਲਾਉਣੀਆਂ, ਫਿਰ ਤੁਸੀਂ ਫਿਰ ਵੀ ਬਸ ਲੱਤਾਂ ਨਾਲ ਕਰ ਸਕਦੇ ਹੋ। ਠੀਕ ਹੈ, ਚਲੋ ਅਸੀਂ ਰਾਊਂਡ 1 ਸ਼ੁਰੂ ਕਰਦੇ ਹਾਂ। ਫਿਰ ਠੀਕ ਹੈ, ਪਹਿਲੀ ਐਕਸਰਸਾਈਜ਼ ਆਪਾਂ ਸ਼ੁਰੂ ਕਰਦੇ ਹਾਂ 45 ਸੈਕਿੰਡਸ ਲਈ ਵਾਲ ਸਕੁਆਟ, ਬਾਲ ਦੇ ਨਾਲ ਜਾਂ ਸਿਟ ਟੂ ਸਟੈਂਡ। 3, 2, 1, ਸ਼ੁਰੂ। ਜੇ ਤੁਸੀਂ ਮੇਰੇ ਨਾਲ ਕਰ ਰਹੇ ਹੋ, ਇਹਦਾ ਮਤਲਬ ਨਹੀਂ ਤੁਸੀਂ ਬਸ ਕੁਰਸੀ ਦੇ ਇੱਥੇ ਹੀ ਰਹਿਣਾ। ਜੇ ਤੁਹਾਨੂੰ ਲੋੜ ਆ, ਤੁਸੀਂ ਜਮਾਂ ਪਿੱਛੇ ਬਹਿ ਸਕਦੇ ਆ, ਜਾਂ ਤੁਸੀਂ ਜਮਾਂ ਬਸ ਇਹਨੂੰ ਟੱਚ ਕਰਕੇ ਉੱਪਰ ਆ ਸਕਦੇ ਆ। ਅੱਧਾ ਟਾਈਮ ਲੰਘ ਗਿਆ,
ਜੇ ਤੁਹਾਨੂੰ ਕਿਤੇ ਵੀ ਟਾਈਮ ਤੇ ਬ੍ਰੇਕ ਚਾਹੀਦੀ ਆ ਤੁਸੀਂ ਬ੍ਰੇਕ ਲੈ ਲਓ। ਦਸ ਸੈਕਿੰਡ ਹੋਰ। ਤਿੰਨ ਦੋ ਇੱਕ ਬਸ ਠੀਕ ਹੈ। ਹੁਣ ਅਸੀਂ ਆਪਣੇ ਪੁਸ਼ਅਪਸ ਜਾਂ ਚੈਸਟ ਪ੍ਰੈਸ ਕਰਦੇ ਹਾਂ। ਠੀਕ ਹੈ, ਸ਼ੁਰੂ ਕਰਦੇ ਹਾਂ ਪੁਸ਼ਅਪਸ ਜਾਂ ਚੈਸਟ ਪ੍ਰੈਸ। 45 ਸੈਕਿੰਡਸ। 3 2 1 ਸ਼ੁਰੂ। ਜੇ ਤੁਹਾਡੀ ਅੱਡੀ ਫਲੋਰ ਤੋਂ ਟੱਕ ਹੁੰਦੀ ਹੈ ਜਦੋਂ ਤੁਸੀਂ ਇੱਕ ਐਕਸਰਸਾਈਜ਼ ਕਰਦੇ ਆ, ਇਹ 'ਚ ਕੋਈ ਪ੍ਰੋਬਲਮ ਨਹੀਂ। ਪੈਠ ਸਿੱਧੀ ਰੱਖਣੀ ਆ। ਅੱਧਾ ਟਾਈਮ ਲੰਘ ਗਿਆ। ਦਸ ਸੈਕਿੰਡ ਹੋਰ। ਥੋੜ੍ਹਾ ਚਿਰ ਹੀ ਰਹਿ ਗਿਆ ਸਾਰੇ ਜਾਣੇ। 3 2 1 ਬਸ ਠੀਕ ਹੈ। ਹੁਣ ਅਸੀਂ 1 ਮਿੰਟ ਲਈ ਕਾਰਡੀਓ ਕਰਨ ਲੱਗੇ ਹਾਂ। ਜੰਪਿੰਗ ਜੈਕਸ ਜਾਂ ਲੋ ਜੈਕਸ ਸ਼ੁਰੂ ਕਰਦੇ ਹਾਂ। 3 2 1 ਸ਼ੁਰੂ। ਜੇ ਤੁਸੀਂ ਜੰਪਿੰਗ ਜੈਕਸ ਨਾਲ ਸ਼ੁਰੂ ਕਰਦੇ ਆ ਪਰ ਫਿਰ ਤੁਸੀਂ ਡਿਸਾਈਡ ਕਰਦੇ ਆ ਵੀ ਹੁਣ ਤੁਸੀਂ ਲੋ ਜੈਕਸ ਕਰਨਾ ਚਾਹੁੰਦੇ ਆ, ਤੁਸੀਂ ਲੋ ਜੈਕਸ ਕਰ ਲਓ। ਇਹ ਨਹੀਂ ਵੀ ਪੂਰਾ ਟਾਈਮ ਜਿਹੜੀ ਐਕਸਰਸਾਈਜ਼ ਨਾਲ ਤੁਸੀਂ ਸ਼ੁਰੂ ਕੀਤਾ ਆ ਉਹ ਹੀ ਕਰਨੀ ਆ। ਅੱਧਾ ਟਾਈਮ ਲੰਘ ਗਿਆ। 30 ਸੈਕਿੰਡਸ ਹੋਰ। 10 ਸੈਕਿੰਡ ਕਰੀ ਜਾ ਸਾਰੇ ਜਾਣੇ। 3 2 1 ਬਸ ਓਕੇ। ਇਹ ਸੀ ਸਾਡਾ ਪਹਿਲਾ ਰਾਊਂਡ ਦੀ ਪਹਿਲੀ ਵਾਰੀ। ਹੁਣ ਅਸੀਂ ਦੂਜੀ ਵਾਰੀ ਕਰਦੇ ਹਾਂ। ਤੁਸੀਂ ਮਾੜਾ ਜਿਹਾ ਪਾਣੀ ਪੀ ਲਓ, ਅਸੀਂ ਫਿਰ ਸ਼ੁਰੂ ਕਰਦੇ ਹਾਂ। ਓਕੇ, ਹੁਣ ਅਸੀਂ ਰਾਊਂਡ 1 ਦੂਜੀ ਵਾਰੀ ਸ਼ੁਰੂ ਕਰਦੇ ਹਾਂ। ਬਾਲ ਵਾਲ ਸਕੁਆਟ ਜਾਂ ਸਿਟ ਟੂ ਸਟੈਂਡ। ਟਾਈਮ ਸ਼ੁਰੂ ਕਰਦੇ ਹਾਂ। 3 2 1 ਸ਼ੁਰੂ। ਤਾਂ ਜੇ ਤੁਹਾਨੂੰ ਪਹਿਲੀ ਵਾਰੀ ਤਾਂ ਦੂਜੀ ਵਾਰੀ ਦੇ ਵਿੱਚ ਜ਼ਿਆਦਾ ਬ੍ਰੇਕ ਚਾਹੀਦੀ ਆ, ਤੁਸੀਂ ਭਾਵਾਂ ਵੀਡੀਓ ਪੌਜ਼ ਕਰ ਲਓ ਜਿੰਨੀ ਵੀ ਦੇਰ ਲਈ। ਅੱਧਾ ਟਾਈਮ ਲੰਘ ਗਿਆ। ਪਰ ਇਹ ਵੀ ਨਹੀਂ ਵੀ ਪੂਰਾ ਦਿਨ ਪੌਜ਼ ਕਰਕੇ ਰੱਖਿਓ, ਫਿਰ ਬਾਅਦ 'ਚ ਸ਼ਾਮ ਨੂੰ ਆ ਜਿਓ। ਅਤੇ ਯਾਦ ਰੱਖਿਓ, ਗੋਡੇ ਗੁੱਠਿਆਂ ਦੇ ਮੂਹਰੇ ਨਹੀਂ ਜਾਣੇ ਚਾਹੀਦੇ। 5 ਸੈਕਿੰਡ। 3 2 1 ਬਸ। ਠੀਕ ਹੈ, ਹੁਣ ਅਸੀਂ ਆਪਣੇ ਪੁਸ਼ਅਪਸ ਜਾਂ
ਚੈਸਟ ਪ੍ਰੈਸ ਕਰਦੇ ਹਾਂ। 45 ਸੈਕਿੰਡ ਸ਼ੁਰੂ ਕਰਦੇ ਹਾਂ, 3, 2, 1 ਸ਼ੁਰੂ। ਅੱਧਾ ਟਾਈਮ ਲੰਘ ਗਿਆ। ਬਹੁਤ ਵਧੀਆ ਸਾਰੇ ਜਾਣੇ। ਦਸ ਹੋਰ ਸੈਕਿੰਡ, ਤਿੰਨ, ਦੋ, ਇੱਕ, ਬਸ। ਠੀਕ ਹੈ, ਹੁਣ ਅਸੀਂ ਕਰਦੇ ਹਾਂ ਆਪਣੀ 1 ਮਿੰਟ, 1 ਮਿੰਟ ਲਈ ਕਾਰਡੀਓ। 3, 2, 1 ਸ਼ੁਰੂ। ਦਸ ਹੋਰ ਸੈਕਿੰਡ ਕਰੀ ਜਾ ਸਾਰੇ ਜਾਣੇ। 3, 2, 1 ਬਸ। ਠੀਕ ਹੈ, ਹੁਣ ਅਸੀਂ ਰਾਊਂਡ 2 ਸ਼ੁਰੂ ਕਰਦੇ ਹਾਂ। ਰਾਊਂਡ 2 ਦੇ ਵਿੱਚ ਅਸੀਂ 3 ਐਕਸਰਸਾਈਜ਼ ਕਰਨੀਆਂ ਆ। ਪਹਿਲੀ ਐਕਸਰਸਾਈਜ਼ ਦਾ ਨਾਂ ਆ ਵਾਲ ਏਂਜਲਸ। ਇਹ ਅਸੀਂ 45 ਸੈਕਿੰਡਸ ਲਈ ਕਰਾਂਗੇ। ਸੋ ਵਾਲ ਏਂਜਲਸ ਲਈ ਤੁਸੀਂ ਆਪਣੇ ਬੰਮ ਕੰਧ ਨਾਲ ਲਾ ਲੈਣੇ ਆ, ਤਾਂ ਤੁਹਾਡੀ ਪੈਠ, ਕੋਸ਼ਿਸ਼ ਕਰਨੀ ਆ ਵੀ ਪੈਠ ਵੀ ਕੰਧ ਨਾਲ ਲੱਗ ਜਾਵੇ। ਜੇ ਨਹੀਂ ਲੱਗਦੀ ਅੱਜ, ਦੈਟਸ ਓਕੇ, ਤਾਂ ਹੱਥ ਦੇ ਪਿਛਲੇ ਪਾਸੇ ਵੀ ਕੰਧ ਨਾਲ ਲਾਉਣੇ ਆ। ਜੇ ਅੱਜ ਨਹੀਂ ਲੱਗਦੇ, ਅਗੈਨ ਦੈਟਸ ਓਕੇ, ਰਾਈਟ? ਜਾਂ ਜੇ ਮੇਰੇ ਨਾਲ ਕਰਨਾ, ਹੱਥ ਦੇ ਮੂਹਰੇਲੇ ਪਾਸੇ ਐਵੇਂ ਰੱਖੋ ਅਤੇ ਉੱਪਰ ਨੂੰ ਐਵੇਂ ਥੱਲੋਂ। ਠੀਕ ਆ, ਤਾਂ ਅਸੀਂ ਇੱਦਾਂ ਉੱਪਰ ਨੂੰ ਜਾਣਾ ਆ। ਹੁਣ ਇਹ ਆ ਪਹਿਲੀ ਐਕਸਰਸਾਈਜ਼ 45 ਸੈਕਿੰਡਸ ਲਈ। ਦੂਜੀ ਐਕਸਰਸਾਈਜ਼ ਆ ਬੈਲੈਂਸ ਦੀ। ਜੇ ਤੁਸੀਂ ਮੇਰੇ ਨਾਲ ਆ, ਅਸੀਂ ਐਕਸਰਸਾਈਜ਼ ਕਰਨੀ ਆ ਟੈਂਡਮ ਵਾਕ। ਟੈਂਡਮ ਵਾਕ ਲਈ ਤੁਸੀਂ ਆਪਣੀ ਅੱਡੀ ਦੂਜੇ ਪੈਰ ਦੇ ਗੁੱਠਿਆਂ ਨਾਲ ਲਾਉਣੀ ਆ, ਤਾਂ ਇੱਦਾਂ ਤੁਰਨਾ, ਠੀਕ ਆ, ਅੱਗੇ ਨੂੰ ਤਾਂ ਫਿਰ ਪਿੱਛੇ ਨੂੰ। ਜੇ ਤੁਸੀਂ ਮੇਰੇ ਨਾਲ ਕਰਨਾ, ਅਸੀਂ ਉਹ ਕਰਨੀ ਆ ਜਿਹੜੇ ਅਸੀਂ ਪਿਛਲੇ ਹਫ਼ਤੇ ਕੀਤੇ ਸੀ। ਬਸ ਇੱਕ ਅੱਡੀ ਗੁੱਠਿਆਂ ਦੇ ਮੂਹਰੇ ਲਾ ਲੈਣੀ ਆ ਅਤੇ ਐਵੇਂ ਖੜ੍ਹੇ ਰਹਿਣਾ। ਬਾਹਾਂ ਜਿਵੇਂ ਵੀ ਰੱਖਣੀਆਂ ਹੈਗੀਆਂ ਨੇ ਤੁਸੀਂ ਰੱਖ ਸਕਦੇ। ਠੀਕ ਆ, ਫਿਰ ਤੀਜੀ ਇਹ ਵੀ ਅਸੀਂ 45 ਸੈਕਿੰਡਸ ਲਈ ਕਰਨੀ ਆ। ਤੀਜੀ ਐਕਸਰਸਾਈਜ਼ ਆ ਕਾਰਡੀਓ, ਇਹ ਅਸੀਂ 1 ਮਿੰਟ ਲਈ ਕਰਨੀ ਆ। ਕਾਰਡੀਓ ਦੀ ਐਕਸਰਸਾਈਜ਼ ਦਾ ਨਾਂ ਆ 2 ਇਨ 2 ਆਊਟ। ਸੋ ਤੁਸੀਂ ਸੋਚ ਲਓ ਵੀ ਤੁਹਾਡੇ ਪੈਰ ਦੇ ਥੱਲੇ ਸਕੁਏਅਰ ਆ ਜਾਂ ਡੱਬਾ ਆ, ਤਾਂ ਤੁਸੀਂ ਪੈਰ ਅੰਦਰ ਅੰਦਰ ਬਾਹਰ ਬਾਹਰ ਕਰਨੇ ਆ, ਇੱਦਾਂ ਬਾਰ ਬਾਰ ਅੰਦਰ ਅੰਦਰ, ਬਾਰ ਬਾਰ ਅੰਦਰ ਅੰਦਰ, ਤਾਂ ਇੱਦਾਂ ਕਰੀ ਜਾਣਾ। ਜਿੰਨੀ ਤੇਜ਼ ਤੁਸੀਂ ਜਾ ਸਕਦੇ ਹਾਂ ਜਾਓ,
ਤੁਸੀਂ ਹੌਲੀ ਦੇਣਾ ਜਾਣਾ ਆ, ਤੁਸੀਂ ਹੌਲੀ ਕਰੋ, ਠੀਕ ਹੈ? ਇਹ ਆ ਸਾਡਾ ਦੂਜਾ ਰਾਊਂਡ, ਅਸੀਂ ਦੋ ਵਾਰੀ ਕਰਾਂਗੇ, ਪਹਿਲੀ ਵਾਰੀ ਅਸੀਂ ਹੁਣ ਸ਼ੁਰੂ ਕਰਦੇ ਹਾਂ, ਠੀਕ ਹੈ? ਪਹਿਲੀ ਐਕਸਰਸਾਈਜ਼ ਵਾਲ ਏਂਜਲਸ ਸ਼ੁਰੂ ਕਰਦੇ ਹਾਂ 45 ਸੈਕਿੰਡਸ ਲਈ, 3, 2, 1 ਸ਼ੁਰੂ, ਠੀਕ ਹੈ? ਹੁਣ ਮੈਂ ਆਪਣਾ ਸਿਰ ਵੀ ਕੰਧ ਦੇ ਨਾਲ ਲਾਇਆ ਆ, ਜੇ ਨਹੀਂ ਲੱਗਦਾ ਅੱਜ ਕੋਈ ਪ੍ਰੋਬਲਮ ਨਹੀਂ। ਅਤੇ ਯਾਦ ਰੱਖਿਓ, ਜੇ ਤੁਹਾਡੀ ਛਾਤੀ ਦੇ ਵਿੱਚ ਕੈਂਸਰ ਆ, ਫਿਰ ਜਿਹੜੀ ਮੇਰੀ ਵਾਲੀ ਹੈਗੀ ਆ ਉਹ ਸੌਖੀ ਆ ਕਰਨ ਲਈ, ਪਰ ਦੋਨਾਂ ਨਾਲ ਯਾਦ ਰੱਖੋ ਪੀੜ ਨਹੀਂ ਹੋਣੀ ਚਾਹੀਦੀ। ਸੋ ਜਿੰਨਾ ਤੁਹਾਡੇ ਤੋਂ ਹੁੰਦਾ ਅਤੇ ਜਿੰਨੀਆਂ ਬਾਹਾਂ ਚੱਕੀਆਂ ਜਾਂਦੀਆਂ ਨੇ ਉਨੇ ਹੀ ਚੱਕਿਓ। 15 ਸੈਕਿੰਡ ਰਹਿ ਗਏ, ਤਿੰਨ ਦੋ ਇੱਕ, ਬਸ, ਠੀਕ ਹੈ? ਹੁਣ ਅਸੀਂ ਕਰਦੇ ਹਾਂ ਆਪਣੀ ਬੈਲੈਂਸ ਦੀ ਐਕਸਰਸਾਈਜ਼, ਸ਼ੁਰੂ ਕਰਦੇ ਹਾਂ, 3, 2, 1 ਸ਼ੁਰੂ। ਅਤੇ ਜਦੋਂ ਅੱਧਾ ਟਾਈਮ ਲੰਘ ਗਿਆ ਅਸੀਂ ਪੈਰ ਦੂਜੇ ਪਾਸੇ ਕਰਾਂਗੇ, ਜਿਹੜੇ ਜਿਹੜੇ ਮੇਰੇ ਨਾਲ ਕਰ ਰਹੇ ਆ। ਬਸ ਮੰਨਤ ਸਾਨੂੰ ਦੱਸਦੀ ਜਦੋਂ ਅੱਧਾ ਟਾਈਮ ਹੋ ਗਿਆ, ਠੀਕ ਆ? ਓਕੇ, ਅੱਧਾ ਟਾਈਮ ਹੋ ਗਿਆ। ਹੁਣ ਤੁਸੀਂ ਕੰਧ 'ਤੇ ਜਾਂ ਫਲੋਰ 'ਤੇ ਕੋਈ ਜਗ੍ਹਾ ਲੱਭ ਲਓ, ਉਹਦੇ ਵੱਲ ਦੇਖੀ ਜਾਓ, ਇਹਦੇ ਨਾਲ ਤੁਹਾਡੀ ਬੈਲੈਂਸ ਰਹੂਗੀ। ਤਿੰਨ ਦੋ ਇੱਕ, ਬਸ, ਠੀਕ ਹੈ? ਹੁਣ ਅਸੀਂ ਆਪਣੀ ਕਾਰਡੀਓ ਕਰਦੇ ਹਾਂ, 2 ਇਨ 2 ਆਊਟ, ਸ਼ੁਰੂ ਕਰਦੇ ਹਾਂ 1 ਮਿੰਟ ਲਈ, 3, 2, 1 ਸ਼ੁਰੂ। ਇਹ ਬਸ ਕਾਰਡੀਓ ਵੀ ਨਹੀਂ ਪਰ ਦਿਮਾਗ ਦੀ ਖੇਡ ਵੀ, ਸੋਚਣਾ ਬਾਰ ਬਾਰ ਅਤੇ ਫਿਰ ਅੰਦਰ ਅੰਦਰ ਕਰਨਾ। ਜੇ ਤੁਹਾਨੂੰ ਇਹ ਵਾਲੀ ਐਕਸਰਸਾਈਜ਼ ਪਸੰਦ ਨਹੀਂ, ਤੁਸੀਂ ਜਿਹੜੀ ਮਰਜ਼ੀ ਕਾਰਡੀਓ ਕਰਨੀ ਆ ਕਰ ਲਓ। ਪਿਛਲੇ ਹਫ਼ਤੇ ਅਸੀਂ ਜੋਗਿੰਗ ਕੀਤੀ ਸੀ, ਜਿਹੜੇ ਅਸੀਂ ਲਾਸਟ ਰਾਊਂਡ 'ਚ ਲੋ ਜੈਕਸ ਕੀਤੇ ਸੀ ਉਹ ਵੀ ਕਰ ਸਕਦੇ ਹਾਂ। 30 ਸੈਕਿੰਡ ਰਹਿ ਗਏ, ਥੋੜ੍ਹਾ ਚੇਰੀ ਹੋਰ ਰਹਿੰਦਾ ਸਾਰੇ ਜਾਣੇ। ਤੁਸੀਂ ਬਹੁਤ ਵਧੀਆ ਕਰ ਰਹੇ ਹਾਂ। ਬਸ 10 ਸੈਕਿੰਡ ਰਹਿ ਗਏ, ਤਿੰਨ ਦੋ ਇੱਕ, ਬਸ, ਠੀਕ ਹੈ? ਹੁਣ ਤੁਸੀਂ ਪਾਣੀ ਪੀ ਲਓ, ਮਾੜਾ ਜਿਹਾ ਰੈਸਟ ਕਰ ਲਓ, ਤਾਂ ਅਸੀਂ ਇਹੀ ਰਾਊਂਡ ਇੱਕ ਹੋਰ ਵਾਰੀ ਕਰਦੇ ਹਾਂ। ਓਕੇ, ਠੀਕ ਆ, 45 ਸੈਕਿੰਡਸ ਲਈ ਵਾਲ ਏਂਜਲਸ ਸ਼ੁਰੂ ਕਰਦੇ ਹਾਂ, 3, 2, 1 ਸ਼ੁਰੂ। ਇਹ ਐਕਸਰਸਾਈਜ਼ ਦੇਖਣ ਨੂੰ ਸੌਖੀ ਲੱਗਦੀ ਆ, ਪਰ ਜਦੋਂ 45 ਸੈਕਿੰਡਸ ਲਈ ਕਰੋ ਤਾਂ ਫਿਰ ਪਤਾ ਲੱਗਦਾ ਆ। ਅੱਧਾ ਟਾਈਮ ਲੰਘ ਗਿਆ,
10 ਹੋਰ ਸੈਕਿੰਡ। ਕੰਧ ਦੀ ਪੜੀ ਕੰਧ ਦੀ ਪੜੀ ਅਸੀਂ ਕਹਿੰਦੇ ਸੀ, ਇਹਦਾ ਨਾਮ। 3, 2, 1 ਬਸ ਠੀਕ ਆ। ਬਾਹਾਂ ਨੂੰ ਮਾੜਾ ਜਿਹਾ ਹਿਲਾ ਲਓ ਤਾਂ ਹੁਣ ਅਸੀਂ ਆਪਣੀ ਬੈਲੈਂਸ ਕਰਦੇ ਹਾਂ। 45 ਸੈਕਿੰਡਸ ਦੀ ਬੈਲੈਂਸ ਸ਼ੁਰੂ ਕਰਦੇ ਹਾਂ। 3, 2, 1 ਸ਼ੁਰੂ। ਅਤੇ ਜੇ ਤੁਹਾਨੂੰ ਇਹ ਐਕਸਰਸਾਈਜ਼ ਸੌਖੀ ਲੱਗਦੀ ਆ, ਅੱਧਾ ਟਾਈਮ ਲੰਘ ਗਿਆ, ਜੇ ਤੁਹਾਨੂੰ ਇਹ ਐਕਸਰਸਾਈਜ਼ ਸੌਖੀ ਲੱਗਦੀ ਆ ਤੁਸੀਂ ਰੂਮ ਦੇ ਆਲੇ ਦੁਆਲੇ ਦੇਖਣ ਲੱਗ ਪਓ, ਬੈਲੈਂਸ ਦੇਖਿਓ ਕੀ ਹੁੰਦਾ ਆ ਬੈਲੈਂਸ ਨੂੰ। 10 ਹੋਰ ਸੈਕਿੰਡ, ਥੋੜ੍ਹਾ ਚਿਰ ਹੋਰ। ਤਾਂ ਟਾਈਮ ਠੀਕ ਹੈ, ਹੁਣ ਲਾਸਟ ਟਾਈਮ ਲਈ ਅਸੀਂ ਕਾਰਡੀਓ ਕਰਦੇ ਹਾਂ ਇਸ ਹਫਤੇ ਲਈ। 1 ਮਿੰਟ ਲਈ 2 ਇਨ 2 ਆਊਟ ਸ਼ੁਰੂ ਕਰਦੇ ਹਾਂ। 3, 2, 1 ਸ਼ੁਰੂ। ਵੈਸੇ ਇਸ ਹਫਤੇ ਲਈ ਲਾਸਟ ਟਾਈਮ ਕਾਰਡੀਓ ਹੋਣਾ ਨਹੀਂ ਚਾਹੀਦਾ, ਤੁਸੀਂ ਬਾਹਰ ਵੀ ਆਪਣਾ ਕਾਰਡੀਓ ਕਰੋ, ਵੀਡੀਓ ਜਦੋਂ ਖਤਮ ਹੋ ਗਈ ਕੱਲ੍ਹ ਵੀ ਕਰੀਓ, ਪਰਸੋਂ ਵੀ ਕਰੀਓ, ਜਿੰਨਾ ਤੁਹਾਡੇ ਤੋਂ ਹੁੰਦਾ ਆ। ਇਹਦਾ ਮਤਲਬ ਜਿਵੇਂ ਖਾ ਕੇ ਤੁਸੀਂ ਸੈਰ 'ਤੇ ਜਾਂਦੇ ਹੋ, ਇਹ ਵੀ ਕਾਰਡੀਓ ਹੁੰਦਾ? ਜਿੰਨਾ ਤੁਸੀਂ ਬਸ ਤੁਰ ਸਕਦੇ ਆ ਉਨਾ ਕੁ ਵੀ ਠੀਕ ਹੁੰਦਾ। ਯਾ ਅੱਧਾ ਟਾਈਮ ਲੰਘ ਗਿਆ। ਇਹ ਤਾਂ ਤੁਸੀਂ ਟੀਵੀ ਨੂੰ ਵੀ ਲਾ ਕੇ ਨਾਲ ਨਾਲ ਕਰ ਸਕਦੇ ਆ। ਦਸ ਸੈਕਿੰਡ ਹੋਰ, ਤਿੰਨ ਦੋ ਇੱਕ ਬਸ। ਤਾਂ ਇਹ ਸੀ ਸਾਡਾ ਦੂਜਾ ਰਾਊਂਡ, ਹੁਣ ਤੁਸੀਂ ਪਾਣੀ ਪੀ ਲਓ, ਥੋੜ੍ਹਾ ਰੈਸਟ ਕਰੋ, ਤਾਂ ਅਸੀਂ ਤੀਜੇ ਰਾਊਂਡ ਲਈ ਸੈਟਅਪ ਕਰਦੇ ਹਾਂ। ਓਕੇ, ਹੁਣ ਅਸੀਂ ਆਪਣਾ ਤੀਜਾ ਰਾਊਂਡ ਸ਼ੁਰੂ ਕਰਦੇ ਹਾਂ। ਇੱਥੇ 3 ਐਕਸਰਸਾਈਜ਼ ਹੋਵਾਂਗੀਆਂ 45 ਸੈਕਿੰਡਸ ਦੀਆਂ। ਪਹਿਲੀ ਐਕਸਰਸਾਈਜ਼ ਆ ਨੀ ਡਰਾਈਵਸ, ਜਿਹੜੀ ਅਸੀਂ ਪਿਛਲੇ ਹਫ਼ਤੇ ਕੀਤੀ ਸੀ। ਸੋ ਨੀ ਡਰਾਈਵਸ ਲਈ ਜੇ ਤੁਸੀਂ ਫਲੋਰ 'ਤੇ ਆ, ਤੁਸੀਂ ਆਪਣੀਆਂ ਲੱਤਾਂ ਇੱਦਾਂ ਉੱਪਰ ਨੂੰ ਕਰ ਲਓ, ਐਂਡ ਫਿਰ 1 ਬਾਏ 1 ਇੱਕ ਲੱਤ ਨੂੰ ਸਿੱਧੀ ਕਰ ਲਓ, ਫਿਰ ਦੂਜੀ ਲੱਤ ਨੂੰ ਸਿੱਧੀ ਕਰ ਲਓ। ਤਾਂ 45 ਸੈਕਿੰਡਸ ਲਈ ਅਸੀਂ ਇਹੀ ਕਰਨਾ। ਜੇ ਤੁਸੀਂ ਸੌਖੀ ਵਾਲੀ ਕਰਨੀ ਆ ਜਿਵੇਂ ਅਸੀਂ ਫਿਰ ਪਿਛਲੇ ਹਫ਼ਤੇ ਕੀਤੀ ਸੀ, ਤੁਸੀਂ ਬਸ ਕੁਰਸੀ 'ਚ ਬਹਿ ਕੇ ਫਿਰ ਗੋਡਿਆਂ ਨੂੰ ਉੱਪਰ ਲਿਆਉਣਾ ਅਤੇ ਢਿੱਡ ਦੇ ਵਿੱਚ ਖਿੱਚ ਪੈਣੀ ਚਾਹੀਦੀ ਆ। ਦੂਜੀ ਐਕਸਰਸਾਈਜ਼ ਦਾ ਨਾਂ ਆ ਗਲੂਟ ਬ੍ਰਿਜ। ਸੋ ਇਸ ਐਕਸਰਸਾਈਜ਼ ਲਈ ਤੁਸੀਂ ਆਪਣੇ ਅੱਡੀਆਂ ਭਾਰ ਆਪਣੇ ਹਿਪਸ ਨੂੰ ਉੱਤੇ ਨੂੰ ਇੱਦਾਂ ਚੱਕ ਲੈਣੇ, ਤਾਂ ਇੱਦਾਂ ਉੱਤੇ ਨੂੰ ਰੱਖਣੇ ਆ ਆਪਣੇ ਹਿਪਸ। ਜੇ ਤੁਸੀਂ ਮੇਰੇ ਨਾਲ ਕਰਨਾ ਹੈਗਾ ਜਿਹੜਾ ਅਸੀਂ ਵਾਰਮ ਅਪ 'ਚ ਕੀਤਾ ਸੀ ਅਤੇ ਪਿਛਲੇ ਹਫ਼ਤੇ ਵੀ ਕੀਤਾ ਸੀ, ਸਟੈਂਡਿੰਗ ਗਲੂਟ ਕਿੱਕ ਬੈਕ। ਬਸ ਲੱਤ ਪਿੱਛੇ ਨੂੰ ਕਰ ਲੈਣੀ ਆ, ਇੱਥੇ ਖਿੱਚ ਪੈਣੀ ਚਾਹੀਦੀ ਆ, ਅਤੇ ਨਾਲੇ ਜਦੋਂ ਟਾਈਮ ਅੱਧ 'ਚ ਹੋ ਗਿਆ ਤੁਸੀਂ ਬਸ ਲੱਤ ਬਦਲ ਲੈਣੀ ਆ। ਹੁਣ ਤੀਜੀ ਐਕਸਰਸਾਈਜ਼ ਦਾ ਨਾਂ ਆ ਕਲੈਮ ਸ਼ੈਲਸ। ਸੋ ਜੇ ਅਸੀਂ ਫਲੋਰ 'ਤੇ ਹਾਂ, ਅਸੀਂ ਇੱਦਾਂ ਸਾਈਡ 'ਤੇ
ਲੇਟ ਜਾਣਾ, ਤੁਸੀਂ ਆਪਣੇ ਪੈਰਾਂ ਦਾ ਪਿਛਲਾ ਪਾਸਾ ਆਪਣੀ ਪੈਠ ਨਾਲ ਲਾਈਨ 'ਚ ਰੱਖਣੀ ਆ, ਤਾਂ ਤੁਸੀਂ ਆਪਣਾ ਇੱਕ ਹੱਥ ਇੱਦਾਂ ਹਿਪ 'ਤੇ ਰੱਖ ਲਓ, ਉਤਲੀ ਲੱਤ ਤੁਸੀਂ ਇੱਦਾਂ ਚੱਕ ਲੈਣੀ ਆ, ਗੋਡਾ ਚੱਕ ਲੈਣਾ ਆ ਇੱਦਾਂ, ਤੁਹਾਡੇ ਹਿਪਸ 'ਚ ਖਿੱਚ ਪੈਣੀ ਚਾਹੀਦੀ ਆ, ਇਸ ਕਰਕੇ ਜ਼ਿਆਦਾ ਉੱਚਾ ਨਹੀਂ ਚੱਕ ਜ਼ਿਆਦਾ ਉੱਤੇ ਨੂੰ ਨਹੀਂ ਚੱਕਣੀ ਲੱਤ, ਜੇ ਜ਼ਿਆਦਾ ਚੱਕ ਲਈ ਫਿਰ ਪਿੱਛਿਓਂ ਖਿੱਚ ਪਊਗੀ, ਤਾਂ ਅਸੀਂ ਚਾਹੁੰਦੇ ਹਾਂ ਵੀ ਹਿਪਸ 'ਚ ਖਿੱਚ ਰਵੇ। ਹਾਂਜੀ, ਜੇ ਤੁਸੀਂ ਮਿਹਨਤ ਨਾ ਕਰਨੀ ਹੈ ਸੌਖੀ ਵਾਲੀ, ਤੁਸੀਂ ਕੁਰਸੀ 'ਚ ਬਹਿ ਸਕਦੇ ਆ, ਥੋੜ੍ਹੇ ਕੁ ਅੱਗੇ ਨੂੰ ਆ ਜਾਓ ਅਤੇ ਪੈਰ ਇਕੱਠੇ ਕਰ ਲਿਓ, ਅਤੇ ਜੇ ਤੁਸੀਂ ਬੈਂਡ ਯੂਜ਼ ਕਰਨਾ ਤੁਸੀਂ ਯੂਜ਼ ਕਰ ਸਕਦੇ ਆ, ਜਾਂ ਤੁਸੀਂ ਹੱਥ ਨਾਲ ਰੈਜ਼ਿਸਟੈਂਸ ਜਾਂ ਪ੍ਰੈਸ਼ਰ ਪਾ ਸਕਦੇ ਆ, ਅਤੇ ਉਹੀ ਚੀਜ਼ ਕਰਨੀ ਹੈ ਜਦੋਂ ਤੁਸੀਂ ਲੱਤਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਆ ਗੋਡਿਆਂ ਨਾਲ। ਠੀਕ ਆ, ਸੋ ਇਹ ਸੀ ਸਾਡੀਆਂ 3 ਐਕਸਰਸਾਈਜ਼ਸ, ਅਸੀਂ ਹੁਣ 45 ਸੈਕਿੰਡਸ ਲਈ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਐਕਸਰਸਾਈਜ਼ ਹੈਗੀ ਹੈ ਤੁਹਾਡੀ ਨੀ ਡਰਾਈਵਸ। ਓਕੇ, 45 ਸੈਕਿੰਡਸ ਅਸੀਂ ਸ਼ੁਰੂ ਕਰਦੇ ਹਾਂ, 3, 2, 1 ਸ਼ੁਰੂ। ਅਸੀਂ ਲੱਤ ਨੂੰ ਇੱਦਾਂ ਫਲੋਰ 'ਤੇ ਨਹੀਂ ਰੱਖਣੀ, ਉੱਤੇ ਨੂੰ ਚੱਕੀ ਓ ਰੱਖਣੀ ਆ। ਅੱਧਾ ਟਾਈਮ ਲੰਘ ਗਿਆ, ਦਸ ਸੈਕਿੰਡ ਹੋਰ। ਥੋੜ੍ਹਾ ਚੇਰੀ ਹੋਰ। 3, 2, 1 ਤੇ ਬਸ, ਹੁਣ ਅਸੀਂ ਆਪਣੇ ਗਲੂਟ ਬ੍ਰਿਜ ਜਾਂ ਗਲੂਟ ਕਿੱਕ ਬੈਕ ਕਰਦੇ ਹਾਂ। ਟਾਈਮ ਸ਼ੁਰੂ ਕਰਦੇ ਹਾਂ, 3, 2, 1 ਸ਼ੁਰੂ। ਤੇ ਜੇ ਕਦੀ ਵੀ ਤੁਹਾਨੂੰ ਬ੍ਰੇਕ ਦੀ ਲੋੜ ਆ, ਤੁਸੀਂ ਭਾਵੇਂ ਬ੍ਰੇਕ ਲੈ ਲਓ, ਥੋੜ੍ਹੀ ਜਿਹੀ ਰੈਸਟ ਲੈ ਲਓ, ਫਿਰ ਦੁਬਾਰਾ ਸ਼ੁਰੂ ਕਰ ਲਓ। ਅੱਧਾ ਟਾਈਮ ਲੰਘ ਗਿਆ, ਲੱਤ ਬਦਲ ਲਓ ਫਿਰ। ਦਸ ਹੋਰ ਸੈਕਿੰਡ, ਤਿੰਨ ਦੋ ਇੱਕ ਬਸ। ਠੀਕ ਹੈ, ਹੁਣ ਅਸੀਂ ਆਪਣੇ ਕਲੈਮ ਸ਼ੈਲਸ ਕਰਦੇ ਹਾਂ। ਟਾਈਮ ਸ਼ੁਰੂ ਕਰਦੇ ਹਾਂ, 3, 2, 1 ਸ਼ੁਰੂ। ਜਿਹੜੇ ਅਸੀਂ ਜਿਹੜੇ ਫਲੋਰ 'ਤੇ ਆ, ਅਸੀਂ ਦੂਜੇ ਜਦੋਂ ਨੈਕਸਟ ਟਾਈਮ ਅਸੀਂ ਕਰੋਂਗੇ ਉਦੋਂ ਅਸੀਂ ਸਾਈਡ ਬਦਲਾਂਗੇ। ਅੱਧਾ ਟਾਈਮ ਲੰਘ ਗਿਆ, ਤਿੰਨ ਦੋ ਇੱਕ ਬਸ। ਠੀਕ ਹੈ, ਹੁਣ
ਜੇ ਤੁਸੀਂ ਪਾਣੀ ਪੀਣਾ ਪਾਣੀ ਪੀ ਲਓ, ਤਾਂ ਅਸੀਂ ਫਿਰ ਦੁਬਾਰਾ ਸ਼ੁਰੂ ਕਰਦੇ ਹਾਂ ਆਪਣੇ ਨੀ ਡਰਾਈਵਸ ਤੋਂ। ਓਕੇ ਠੀਕ ਹੈ, ਹੁਣ ਜੇ ਤੁਸੀਂ ਪਾਣੀ ਪੀ ਲਿਆ ਤਾਂ ਥੋੜ੍ਹਾ ਰੈਸਟ ਕਰ ਲਿਆ, ਅਸੀਂ ਹੁਣ ਉਹੀ ਐਕਸਰਸਾਈਜ਼ ਇੱਕ ਵਾਰੀ ਹੋਰ ਕਰਦੇ ਹਾਂ, ਸ਼ੁਰੂ ਕਰਦੇ ਹਾਂ ਆਪਣੇ ਨੀ ਡਰਾਈਵਸ ਦੇ ਨਾਲ। 45 ਸੈਕਿੰਡਸ ਟਾਈਮ ਸਟਾਰਟ ਕਰਦੇ ਹਾਂ, 3, 2, 1 ਸ਼ੁਰੂ। ਯਾਦ ਰੱਖਿਓ ਸਾਹ ਨਹੀਂ ਘੁੱਟਣਾ। ਅੱਧਾ ਟਾਈਮ ਲੰਘ ਗਿਆ, ਦਸ ਸੈਕਿੰਡ ਹੋਰ। ਤਿੰਨ ਦੋ ਇੱਕ ਬਸ, ਹੁਣ ਅਸੀਂ ਕਰਦੇ ਹਾਂ ਆਪਣਾ ਗਲੂਟ ਬ੍ਰਿਜ ਜਾਂ ਸਟੈਂਡਿੰਗ ਗਲੂਟ ਕਿੱਕ ਬੈਕ। ਟਾਈਮ ਸਟਾਰਟ ਕਰਦੇ ਹਾਂ, 3, 2, 1 ਸ਼ੁਰੂ। ਹੱਥ ਜਿੱਥੇ ਤੁਹਾਨੂੰ ਕੰਫਰਟੇਬਲ ਲੱਗਦਾ ਹੈ ਉੱਥੇ ਰੱਖ ਲਓ। ਅੱਧਾ ਟਾਈਮ ਲੰਘ ਗਿਆ, ਦਸ ਸੈਕਿੰਡ ਹੋਰ। ਤਿੰਨ ਦੋ ਇੱਕ ਬਸ, ਠੀਕ ਹੈ। ਹੁਣ ਲਾਸਟ ਐਕਸਰਸਾਈਜ਼ ਤੁਹਾਡੇ ਕਲੈਂਪ ਸ਼ੈਲਸ। ਮੈਂ ਆਪਣਾ ਪਾਸਾ ਬਦਲ ਲਿਆ, ਪਹਿਲਾਂ ਇਸ ਲੱਤ ਦੀ ਕਰਦੀ ਸੀ ਮੈਂ ਐਕਸਰਸਾਈਜ਼, ਹੁਣ ਇਸ ਲੱਤ ਦੀ ਕਰਨ ਲੱਗੀ ਹਾਂ। ਟਾਈਮ ਸ਼ੁਰੂ ਕਰਦੇ ਹਾਂ, 3, 2, 1 ਸ਼ੁਰੂ। ਅੱਧਾ ਟਾਈਮ, ਤਿੰਨ ਦੋ ਇੱਕ ਬਸ। ਤੇ ਸੀ ਸਾਡੇ ਦੂਜੇ ਹਫਤੇ ਦੀਆਂ ਐਕਸਰਸਾਈਜ਼, ਹੁਣ ਅਸੀਂ ਕਰਦੇ ਹਾਂ ਆਪਣਾ ਕੂਲ ਡਾਊਨ। ਓਕੇ ਠੀਕ ਹੈ, ਹੁਣ ਅਸੀਂ ਕਰਦੇ ਹਾਂ ਆਪਣਾ ਕੂਲ ਡਾਊਨ। ਸੋ ਜੇ ਤੁਸੀਂ ਫਲੋਰ 'ਤੇ ਆ ਥੱਲੇ ਨੂੰ ਹੋ ਜਾਓ, ਜੇ ਤੁਸੀਂ ਚੇਅਰ 'ਤੇ ਆ ਤਾਂ ਸਿੱਧੇ ਬੈਠ ਜਾਓ। ਹੁਣ ਕੂਲ ਡਾਊਨ ਕਰਨ ਤੋਂ ਪਹਿਲਾਂ ਥੋੜ੍ਹੀ ਦੇਰ ਲਈ ਤੁਸੀਂ ਸੋਚੋ ਪਿਛਲੇ ਘੰਟੇ ਕੁ ਲਈ ਤੁਹਾਡੀ ਐਕਸਰਸਾਈਜ਼ ਕਿੱਦਾਂ ਰਹੀ, ਤੁਸੀਂ ਕਿੱਦਾਂ ਕੀਤਾ, ਕੀ ਠੀਕ ਰਿਹਾ ਕੀ ਠੀਕ ਨਹੀਂ ਰਿਹਾ, ਤਾਂ ਇਹਨਾਂ ਗੱਲਾਂ ਦੀ ਨੋਟ ਕਰੋ।
ਨਾਲੇ ਤੁਸੀਂ ਆਪਣੇ ਆਪ ਤੇ ਪ੍ਰਾਊਡ ਫੀਲ ਕਰੋ ਕਿ ਤੁਸੀਂ ਐਕਸਰਸਾਈਜ਼ ਕੀਤੀ, ਤੁਸੀਂ ਆਪਣੀ ਬਾਡੀ ਦਾ ਖਿਆਲ ਰੱਖਿਆ ਅੱਜ। ਸੋ ਇਸ ਗੱਲ ਤੇ ਪ੍ਰਾਊਡ ਫੀਲ ਕਰੋ। ਹੁਣ ਕੂਲ ਡਾਊਨ ਲਈ ਜਿਹੜੇ ਲੋਕ ਫਲੋਰ ਤੇ ਆ, ਤੁਸੀਂ ਆਪਣੇ ਲੱਤਾਂ ਨੂੰ ਇਦਾਂ ਹੱਗ ਕਰ ਲਓ। ਤੇ ਜੇ ਤੁਸੀਂ ਮੇਰੇ ਨਾਲ ਕਰ ਰਹੇ ਆ, ਤੁਸੀਂ ਕੁਰਸੀ ਚ ਬਹਿ ਕੇ ਅੱਗੇ ਨੂੰ ਹੋ ਸਕਦੇ ਆ ਤੇ ਥੱਲੋਂ ਲੱਤਾਂ ਨੂੰ ਫੀਲ ਫੜ ਸਕਦੇ ਆ। ਠੀਕ ਆ, ਹੁਣ ਤੁਸੀਂ ਇਸ ਸਟ੍ਰੈਚ ਤੋਂ ਰਿਲੈਕਸ ਹੋ ਜਾਓ। ਫਿਰ ਤੁਸੀਂ ਜੇ ਫਲੋਰ 'ਤੇ ਆ, ਤੁਸੀਂ ਇੱਕ ਲੱਤ ਨੂੰ ਉੱਪਰ ਇੱਦਾਂ ਚੱਕ ਲਓ ਤਾਂ ਇੱਦਾਂ ਫੜ ਲਓ ਆਪਣੀ ਲੱਤ ਨੂੰ, ਤਾਂ ਇੱਦਾਂ ਪਿੱਛਿਓਂ ਖਿੱਚ ਪੈਣੀ ਚਾਹੀਦੀ ਆ। ਜੇ ਤੁਸੀਂ ਮਿਹਨਤ ਕਰ ਰਹੇ ਹੋ, ਤੁਸੀਂ ਕੁਰਸੀ 'ਚ ਥੋੜ੍ਹਾ ਅੱਗੇ ਹੋ ਕੇ ਲੱਤ ਨੂੰ ਥੱਲੇ ਗੁੱਠੇ ਉੱਪਰ ਨੂੰ ਕਰਕੇ ਅਤੇ ਤੁਸੀਂ ਇੱਥੇ ਹੱਥ ਫੜ ਸਕਦੇ ਆ। ਜੇ ਇੱਥੇ ਨਹੀਂ ਫੜਿਆ ਜਾਂਦਾ, ਜਿੱਥੇ ਵੀ ਤੁਹਾਡਾ ਹੱਥ ਜਾਂਦਾ ਤੁਸੀਂ ਉੱਥੇ ਫੜ ਲਓ, ਫਿਰ ਉੱਥੇ ਖਿੱਚ ਪੈਣੀ ਚਾਹੀਦੀ ਹੈ ਲੱਤ ਦੇ ਪਿੱਛੇ। ਹੁਣ ਤੁਸੀਂ ਆਪਣੇ ਪੈਰਾਂ ਨੂੰ ਇੱਦਾਂ ਘੁਮਾਉਣ ਲੱਗ ਪਓ ਅਤੇ ਤੁਸੀਂ ਇਮਰੋਜ਼ ਨਾਲ ਆ, ਤੁਸੀਂ ਆਪਣੇ ਪੈਰ ਨੂੰ ਮਾੜਾ ਜਿਹਾ ਚੱਕ ਲਓ 3 ਤੋਂ 5 ਵਾਰੀ ਇੱਕ ਪਾਸੇ, ਫਿਰ 3 ਤੋਂ 5 ਵਾਰੀ ਦੂਜੇ ਪਾਸੇ। ਇਸ ਤੋਂ ਬਾਅਦ ਤੁਸੀਂ ਆਪਣੇ ਪੈਰ ਨੂੰ ਦੂਜੇ ਲੱਤ ਦੀ ਗੋਡੇ ਦੇ ਉੱਤੇ ਰੱਖ ਲਓ। ਜੇ ਤੁਸੀਂ ਮਿਹਨਤ ਕਰ ਰਹੇ ਹਾਂ, ਜੇ ਤੁਹਾਡੇ ਪੈਰ ਇੱਥੇ ਨਹੀਂ ਲਿਆਉਂਦਾ ਜਾਂਦਾ, ਜਿੱਥੇ ਵੀ ਤੁਸੀਂ ਲੱਤ 'ਤੇ ਰੱਖ ਸਕਦੇ ਹਾਂ ਰੱਖ ਲਓ, ਤੁਸੀਂ ਇੱਥੇ ਵੀ ਰੱਖ ਸਕਦੇ ਹਾਂ ਅਤੇ ਬਸ ਇਹਨੂੰ ਫਿਰ ਐਵੇਂ ਕਰ ਸਕਦੇ ਹਾਂ। ਤਾਂ ਜੇ ਤੁਸੀਂ ਮੇਰੇ ਨਾਲ ਆ ਤਾਂ ਥੋੜ੍ਹੀ ਜ਼ਿਆਦਾ ਸਟ੍ਰੈਚ ਚਾਹੁੰਦੇ ਹਾਂ, ਤੁਸੀਂ ਖੱਬੇ ਪਾਸੇ ਦੀ ਲੱਤ ਇੱਦਾਂ ਚੱਕ ਸਕਦੇ ਹਾਂ। ਜੇ ਤੁਸੀਂ ਮੇਰੇ ਨਾਲ ਜ਼ਿਆਦਾ ਸਟ੍ਰੈਚ ਕਰਨੀ ਚਾਹੁੰਦੇ ਹਾਂ, ਤੁਸੀਂ ਅੱਗੇ ਨੂੰ ਵੀ ਹੋ ਸਕਦੇ ਹਾਂ ਅਤੇ ਫਿਰ ਇੱਥੇ ਪੂਰਾ ਪਤਾ ਲੱਗੂਗਾ। ਜਿਹੜੇ ਅਸੀਂ ਕਲੈਮ ਸ਼ੈਲਸ ਕੀਤੇ ਸੀ ਉਹ ਵਾਲੀ ਮਸਲ ਨੂੰ ਅਸੀਂ ਹੁਣ ਸਟ੍ਰੈਚ ਕਰਦੇ ਪਏ ਹਾਂ। ਠੀਕ ਹੈ, ਇਸ ਸਟ੍ਰੈਚ ਨੂੰ ਹੁਣ ਅਸੀਂ ਛੱਡ ਦਿੰਦੇ ਹਾਂ। ਤਾਂ ਫਿਰ ਅਸੀਂ ਉਹੀ ਸਟ੍ਰੈਚਾਂ ਲੈਫਟ ਲੈਗ 'ਤੇ ਕਰਦੇ ਹਾਂ। ਹੁਣ ਜੇ ਤੁਸੀਂ ਫਲੋਰ 'ਤੇ ਆ, ਅਸੀਂ ਗੋਲ ਆ ਵੀ ਲੱਤ ਇੱਦਾਂ ਪੂਰੀ ਸਿੱਧੀ ਕਰਨੀ ਆ, ਪਰ ਅੱਜ ਸ਼ਾਇਦ ਇਹ ਨਾ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ, ਦੱਸ ਓਕੇ ਮਾੜਾ ਜਿਹਾ ਆਪਣੀ ਲੱਤ ਨੂੰ ਬੈਂਡ ਰੱਖ ਸਕਦੇ ਹਾਂ। ਠੀਕ ਹੈ, ਹੁਣ ਪੈਰ ਨੂੰ ਇੱਦਾਂ ਘੁਮਾਉਣ ਲੱਗ ਪਓ। ਫਿਰ ਪੈਰ ਨੂੰ ਗੋਡੇ ਦੇ ਉੱਤੇ ਲੈ ਆਓ। ਇਹ ਸਟ੍ਰੈਚ ਦਾ ਨਾਮ ਆ 4-point ਸਟ੍ਰੈਚ। ਠੀਕ ਹੈ, ਰਿਲੈਕਸ ਹੋ ਜਾਓ।
ਜੇ ਤੁਸੀਂ ਫਲੋਰ 'ਤੇ ਆ ਤੁਸੀਂ ਇੱਦਾਂ ਸਾਈਡ 'ਤੇ ਹੋ ਜਾਓ ਤਾਂ ਪੈਰ ਨੂੰ ਫੜ ਲਓ, ਜੇ ਪੈਰ ਨਹੀਂ ਫੜ ਹੁੰਦਾ ਪੈਂਟ ਫੜ ਲਓ, ਜੁਰਾਬ ਫੜ ਲਓ ਜਾਂ ਉੱਦਾਂ ਹੀ ਲੱਤ ਨੂੰ ਬੈਂਡ ਕਰ ਲਓ। ਅਸੀਂ ਇੱਥੇ ਇੱਥੇ ਖਿੱਚ ਪੈਣੀ ਚਾਹੀਦੀ ਆ। ਜੇ ਤੁਸੀਂ ਮੇਰੇ ਨਾਲ ਕਰ ਰਹੇ ਹੋ ਤੁਸੀਂ ਕੁਰਸੀ 'ਤੇ ਐਵੇਂ ਬਹਿ ਸਕਦੇ ਹਾਂ ਅਤੇ ਲੱਤ ਨੂੰ ਪਿੱਛੇ ਐਵੇਂ ਕਰ ਸਕਦੇ ਹਾਂ, ਫਿਰ ਵੀ ਉੱਥੇ ਉੱਥੇ ਸਟ੍ਰੈਚ ਹੋ। ਠੀਕ ਹੈ, ਰਿਲੈਕਸ ਹੋ ਜਾਓ। ਹੁਣ ਅਸੀਂ ਦੂਜੇ ਪਾਸੇ ਕਰਦੇ ਉਹੀ ਸਟ੍ਰੈਚ। ਰਿਲੈਕਸ, ਹੁਣ ਅਸੀਂ ਸਾਰੇ ਜਣੇ ਬਹਿ ਜਾਂਦੇ ਹਾਂ। ਤਾਂ ਹੁਣ ਅਸੀਂ ਆਪਣੀ ਬਾਹਾਂ ਦੀ ਸਟ੍ਰੈਚ ਕਰਦੇ ਹਾਂ। ਇੱਕ ਬਾਂਹ ਨੂੰ ਇੱਦਾਂ ਅੱਗੇ ਲੈ ਲਓ, ਫਿਰ ਦੂਜੇ ਹੱਥ ਨਾਲ ਬਾਂਹ ਨੂੰ ਫੜ ਲਓ। ਅਤੇ ਜਿੱਥੇ ਵੀ ਫੜਨਾ ਚਾਹੁੰਦੇ ਹੋ ਤੁਸੀਂ ਬਾਂਹ 'ਤੇ ਤੁਸੀਂ ਫੜ ਸਕਦੇ ਹੋ। ਦੂਜੀ ਬਾਂਹ, ਹੁਣ ਤੁਸੀਂ ਆਪਣੇ ਸੱਜੇ ਹੱਥ ਨੂੰ ਇੱਦਾਂ ਪਿੱਛੇ ਪੈਠ ਦੇ ਪਿੱਛੇ ਲੈ ਆਓ, ਫਿਰ ਜਦੋਂ ਇੱਥੇ ਮੋਢੇ 'ਚ ਖਿੱਚ ਪੈ ਗਈ ਤੁਸੀਂ ਆਪਣੇ ਗਰਦਨ ਨੂੰ ਦੂਜੇ ਪਾਸੇ ਨੂੰ ਕਰ ਲਓ। ਠੀਕ ਆ, ਗਰਦਨ ਨੂੰ ਰਿਲੈਕਸ ਕਰ ਲਓ, ਫਿਰ ਸ਼ੋਲਡਰ ਨੂੰ ਰਿਲੈਕਸ ਕਰ ਲਓ, ਹੁਣ ਦੂਜੇ ਪਾਸੇ। ਗਰਦਨ ਨੂੰ ਰਿਲੈਕਸ ਕਰ ਲਓ, ਬਾਂਹ ਨੂੰ ਰਿਲੈਕਸ ਕਰ ਲਓ, ਹੁਣ ਤੁਸੀਂ ਆਪਣੀ ਪੈਠ ਸਿੱਧੀ ਕਰ ਲਓ ਤਾਂ ਆਪਣੀ ਠੋਡੀ ਨੂੰ ਥੱਲੇ ਨੂੰ ਲੈ ਆਓ। ਇੱਥੇ ਪਿੱਛਿਓਂ ਸਟ੍ਰੈਚ ਪੈਣੀ ਚਾਹੀਦੀ ਆ। ਜੇ ਤੁਸੀਂ ਚਾਹੁੰਦੇ ਆ ਤੁਸੀਂ ਦੋ ਉਂਗਲੀਆਂ ਨਾਲ ਆਪਣੇ ਸਿਰ ਨੂੰ ਥੋੜ੍ਹਾ ਜ਼ਿਆਦਾ ਪੁਸ਼ ਕਰ ਸਕਦੇ ਆ, ਪਰ ਜ਼ਰੂਰੀ ਨਹੀਂ ਹੈਗਾ। ਠੀਕ ਆ, ਹੁਣ ਰਿਲੈਕਸ ਹੋ ਜਾਓ। ਤਾਂ ਇਹ ਸੀ ਸਾਡੇ ਦੂਜੇ ਹਫ਼ਤੇ ਦੀ ਦੇ ਐਕਸਰਸਾਈਜ਼ ਵੀਡੀਓ। ਅਸੀਂ ਹੁਣ ਤੁਹਾਨੂੰ ਤੀਜੇ ਹਫ਼ਤੇ 'ਚ ਮਿਲਾਂਗੇ। ਹੈਲੋ, ਹੁਣ ਤੁਸੀਂ ਇਸ ਹਫ਼ਤੇ ਦੀ ਐਕਸਰਸਾਈਜ਼ ਪੂਰੀ ਕਰਤੀ। ਜੇ ਤੁਹਾਡੇ ਕੋਲ 5 ਮਿੰਟ ਹੈਗੇ ਆ, ਜੇ ਤੁਸੀਂ ਸਾਡੀ ਮਦਦ ਕਰਕੇ
ਜਿਹੜੀ ਵੀਡੀਓ ਦੇ ਥੱਲੇ ਇੱਕ ਲਿੰਕ ਹੋਊਗਾ, ਜੇ ਤੁਸੀਂ ਉਹਦੇ 'ਤੇ ਕਲਿੱਕ ਕਰ ਸਕਦੇ ਆ, ਜਾਂ ਜੇ ਤੁਹਾਨੂੰ ਯੂਟਿਊਬ ਬਾਰੇ ਬਾਰੇ ਪਤਾ ਨਹੀਂ ਹੈਗਾ, ਤੁਸੀਂ ਕੋਈ ਫੈਮਿਲੀ ਮੈਂਬਰ ਦੀ ਮਦਦ ਲੈ ਕੇ ਉਹ 'ਤੇ ਕਲਿੱਕ ਕਰ ਦਿਓ, ਅਤੇ ਤੁਹਾਡੇ ਲਈ ਥੋੜ੍ਹੇ ਕੁ ਸਵਾਲ ਹੋਣਗੇ ਜਿਨ੍ਹਾਂ ਦੇ ਤੁਸੀਂ ਜਵਾਬ ਦੇ ਸਕਦੇ ਆ ਸਾਨੂੰ। ਜਦੋਂ ਤੁਸੀਂ ਸਰਵੇ 'ਤੇ ਕਲਿੱਕ ਕਰੋਗੇ, ਪਹਿਲਾਂ ਤੁਹਾਨੂੰ ਪੁੱਛੂਗਾ ਜੇ ਤੁਸੀਂ ਇੰਗਲਿਸ਼ 'ਚ ਕਰਨਾ ਹੈਗਾ, ਜਾਂ ਜੋ ਤੁਸੀਂ ਪੰਜਾਬੀ 'ਚ ਹੀ ਸਿਰਫ ਲਿਖ ਪੜ੍ਹ ਸਕਦੇ ਹਾਂ, ਅਤੇ ਤੁਸੀਂ ਪੰਜਾਬੀ 'ਚ ਦੇਣਾ ਹੈਗਾ। ਜੇ ਤੁਸੀਂ ਪੰਜਾਬੀ ਦੇ ਵਿੱਚ ਦੇਣਾ ਹੈਗਾ, ਤੁਸੀਂ ਬਸ ਆਪਦਾ ਨਾਮ ਅਤੇ ਫੋਨ ਨੰਬਰ ਪਾ ਦਿਓ, ਅਸੀਂ ਤੁਹਾਨੂੰ ਫਿਰ ਫੋਨ ਕਰਕੇ ਤੁਹਾਡੇ ਜਵਾਬ ਲੈ ਸਕਦੇ ਹਾਂ। ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗੂਗਾ ਫੋਨ ਕਰਕੇ ਵੀ, ਜੇ ਤੁਹਾਡੇ ਜਿਨ੍ਹਾਂ ਨਾਲ ਗੱਲ ਕਰਨੀ ਹੈਗੀ ਆ, ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਕੀਤਾ ਵਿਆ, ਜਾਂ ਜੇ ਤੁਸੀਂ ਇੰਗਲਿਸ਼ 'ਚ ਕਰ ਸਕਦੇ ਹਾਂ ਤੁਸੀਂ ਕਰ ਦਿਓ, ਜਾਂ ਤੁਸੀਂ ਫੈਮਿਲੀ ਮੈਂਬਰ ਦੀ ਕੋਈ ਮਦਦ ਲੈ ਕੇ ਤੁਸੀਂ ਫਿਰ ਵੀ ਇੰਗਲਿਸ਼ 'ਚ ਪੜ੍ਹ ਸਕਦੇ ਹਾਂ। ਜੇ ਤੁਸੀਂ ਸਾਨੂੰ ਆਪਣਾ ਫੋਨ ਨੰਬਰ ਦੇਣਾ ਨਹੀਂ ਕੰਫਰਟੇਬਲ ਤੁਹਾਨੂੰ ਲੱਗਦਾ, ਕੋਈ ਪ੍ਰੋਬਲਮ ਨਹੀਂ, ਤੁਸੀਂ ਕਿਸੇ ਫੈਮਿਲੀ ਮੈਂਬਰ ਨਾਲ ਇੰਗਲਿਸ਼ 'ਚ ਕਰ ਸਕਦੇ ਹਾਂ। ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਪਰ ਦੁਬਾਰਾ ਦੱਸਦੇ ਹਾਂ ਕਿ ਅਸੀਂ ਇੱਥੇ ਯੂਨੀਵਰਸਿਟੀ ਆਫ ਕੈਲਗਰੀ 'ਚ ਰਿਸਰਚ ਕਰਦੇ ਹਾਂ, ਤਾਂ ਅਸੀਂ ਦੋਨੋਂ ਜਣੀਆਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬੀ 'ਚ ਪ੍ਰੋਗਰਾਮਿੰਗ ਹੋਵੇ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਕੈਂਸਰ ਆ। ਇੰਗਲਿਸ਼ 'ਚ ਬਹੁਤ ਪ੍ਰੋਗਰਾਮਸ ਆ, ਇੰਗਲਿਸ਼ 'ਚ ਬਹੁਤ ਕੁਛ ਹੈਗਾ ਆ ਇੱਥੇ, ਪਰ ਆਪਣੇ ਲੋਕਾਂ ਲਈ ਜ਼ਿਆਦਾ ਕੁਛ ਨਹੀਂ ਹੈਗਾ। ਇਸ ਕਰਕੇ ਜੇ ਤੁਸੀਂ ਸਾਡੀ ਮਦਦ ਕਰੋ ਤਾਂ ਇਹ ਸਰਵੇ ਤੁਸੀਂ ਕਰੋ, ਫਿਰ ਸਾਨੂੰ ਪਤਾ ਲੱਗ ਜਾਊਗਾ ਵੀ ਅਸੀਂ ਇਹ ਵੀਡੀਓਜ਼ ਨੂੰ ਕਿੱਦਾਂ ਜ਼ਿਆਦਾ ਵਧੀਆ ਕਰ ਸਕਦੇ ਹਾਂ, ਕੀ ਕਿਹੜੀਆਂ ਚੀਜ਼ਾਂ ਦੀ ਹੋਰ ਲੋੜ ਆ ਆਪਣੇ ਲੋਕਾਂ ਨੂੰ, ਤਾਂ ਅਸੀਂ ਉਹ ਜੇ ਤੁਸੀਂ ਸਾਡੀ ਥੋੜ੍ਹੀ 5 ਮਿੰਟ ਲੈ ਕੇ ਮਦਦ ਕਰੋ ਤਾਂ ਅਸੀਂ ਹੋਰ ਵੀ ਲੋਕਾਂ ਦੀ ਮਦਦ ਕਰ ਸਕਦੇ ਹਾਂ। ਸੋ ਬੇਨਤੀ ਕਰਕੇ ਪਲੀਜ਼, ਜੇ ਤੁਹਾਡੇ ਕੋਲ ਟਾਈਮ ਹੈਗਾ ਆ, ਤੁਸੀਂ ਇਹ ਸਰਵੇ ਸਾਡੇ ਲਈ ਪੜ੍ਹ ਦਿਓ।